ਅਪਕਾ ਇਹ ਵੀ ਕਹਿ ਦਿੰਨੇ ਆ ਬਹੁਤ ਕੁਝ ਦੁਨੀਆ ਤੋਂ ਵੇਖ ਲਿਆ ਹੁਣ ਤੇ ਰੱਬ ਨਾ ਬੋਲੋ ਕੀ ਕਹਨੇ ਆ ਚੱਲਦੇ ਆ ਫਿਰਦੇ ਆ ਨੂੰ ਲੈ ਜੇ ਇਹ ਗੱਲਾਂ ਕਹਿੰਦੇ ਸੀ ਬਹੁਤ ਦੁਨੀਆ ਵੇਖ ਲਈ ਹੁਣ ਤੇ ਰੱਬ ਚੱਲਦੇ ਆ ਫਿਰਦੇ ਆ ਨੂੰ ਲੈ ਜੇ ਜਦੋਂ ਮਾੜੀ ਜੀ ਕੋ ਕੋ ਪ੍ਰੋਬਲਮ ਆਉਂਦੀ ਹਾਏ ਫਲਾਣੇ ਡਾਕਟਰ ਨੂੰ ਕਰੋ ਫੋਨ ਹਾਏ ਬਚਾ ਲੋ ਮੈਨੂੰ ਬਚਾ ਲੋ ਚਲੋ ਕਿ ਤੁਹਾਨੂੰ ਛੋਟੀ ਜੀ ਘਟਨਾ ਸੁਣਾਉਣਾ ਮੈਂ ਤੇ ਫਿਰ ਆਪਾਂ ਵਿਸ਼ੇ ਨੂੰ ਸੰਕੋਚਦੇ ਹਾਂ ਮੈਂ ਨਾ 2003 ਤੋਂ 2006 ਤੱਕ ਦਰਬਾਰ ਸਾਹਿਬ ਮੁਕਤਸਰ ਸਾਹਿਬ ਦਾ ਕਥਾਵਾਚਕ ਸਾਂ 3 ਤੋਂ 6 ਤੱਕ 3 ਸਾਲ ਦਾ ਸਮਾਂ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦਾ ਐਜ਼ੇ ਕਥਾਵਾਚਕ ਸੇਵਾਮਾਂ ਨਿਭਾਉਣਾ ਸਾਂ ਉੱਥੇ ਇੱਕ ਬਾਪੂ ਜੀ ਰੋਜ਼ ਮੈਨੂੰ ਬਿਲੇ ਪਿਆ ਕਰਨ ਕਥਾ ਤੋਂ ਬਾਅਦ ਕਹਿੰਦੇ ਬੇਟਾ ਅਰਦਾਸ ਕਰ ਦਿਆ ਕਰ ਸਾਡੀ ਮੈਂ ਕਿਹਾ ਬਾਪੂ ਜੀ ਕਾਦੀ ਕਹਿੰਦੇ ਅਰਦਾਸ ਕਰ ਰੱਬ ਚੱਲਦਿਆਂ ਫਿਰਦਿਆਂ ਨੂੰ ਝੋਕੇ ਲੈ ਜੇ ਹੁਣ ਮੈਂ ਕਿਵੇਂ ਅਰਦਾਸ ਕਰਾਂ ਵੀ ਇਹ ਮੈਂ ਅਰਦਾਸ ਕਰਦੇ ਆ ਸ਼ਾਮ ਨੂੰ ਬਾਪੂ ਗੁਜਰਦੇ ਪਰਿਵਾਰ ਨੇ ਤੇ ਮੇਰੇ ਗੱਲ ਪੈ ਜਾਨਾ ਕਿ ਤੂੰ ਅਰਦਾਸ ਕਾਦੀ ਕੀਤੀ ਸੀ ਤੈਨੂੰ ਕਿਹਾ ਸੀ ਅਸੀਂ ਸੱਚ ਹੈ ਜੀ ਲੋਕੀ ਸਾਨੂੰ ਆ ਵੀ ਅਰਦਾਸ ਕਹਿੰਦੇ ਆ ਕਈ ਵਾਰੀ ਸਾਡੇ ਬਾਪੂ ਜੀ ਦੇ ਪ੍ਰਾਣ ਨਹੀਂ ਨਿਕਲਦੇ ਅਰਦਾਸ ਕਰੋ ਪ੍ਰਾਣ ਨਿਕਲਦੇ ਮੈਂ ਕਿਹਾ ਮੁੜ ਕੇ ਸਾਡੇ ਪ੍ਰਾਣ ਕੱਢੋਗੇ ਸੱਚ ਹੈ ਜੀ ਮੁਰ ਕਾ ਸਾਡੇ ਪ੍ਰਾਨ ਕੱਢੋਗੇ ਵੀ ਤੂੰ ਅਰਦਾਸ ਕੀਤੀ ਸੀ ਸੱਚੇ ਕਹਿੰਦੇ ਐ ਪੁੱਛ ਕੇ ਦੇਖ ਲੋ ਸਾਡੇ ਮਾਤਾ ਜੀ ਬੜੇ ਬਿਮਾਰ ਨੇ ਪ੍ਰਾਨ ਨਹੀਂ ਨਿਕਲਦੇ ਅਰਦਾਸ ਕਰ ਦਿਓ ਕਿਉਂ ਬਈ ਤੁਸੀਂ ਕਿਉਂ ਨਹੀਂ ਅਰਦਾਸ ਕਰਦੇ ਗੁਰੂ ਨੇ ਇਹ ਅਧਿਕਾਰ ਕਿਸੇ ਨੂੰ ਵਿਸ਼ੇਸ਼ ਨਹੀਂ ਦਿੰਦਾ ਵੀ ਅਰਦਾਸ ਗਰੰਤੀ ਸਿੰਘ ਹੀ ਕਰੇਗਾ ਅਰਦਾਸ ਹਰ ਇੱਕ ਸਿੱਖ ਕਰੇਗਾ ਤੁਧ ਆਗੈ ਅਰਦਾਸ ਹਮਾਰੀ ਮੈਂ ਅਰਦਾਸ ਕਰਾਂ ਜੀ ਕੀ ਬਿਰਤਾ ਹੋਏ ਸੋ ਗੁਰਪ੍ਰਹਿ ਅਰਦਾਸ ਕਰ ਉਹਨਾਂ ਨੇ ਰੋਜ਼ ਮੈਨੂੰ ਕਹਿ ਦਿਆ ਕਰਨਾ ਮੈਂ ਰੋਜ਼ ਬਚਣਾ ਵੀ ਇਸ ਅਰਦਾਸ ਤੋਂ ਬਚਾਂ ਜੇ ਕਿਤੇ ਕੋਈ ਪ੍ਰੋਬਲਮ ਆ ਗਈ ਨਵਾਂ ਨਵਾਂ ਮੈਂ ਜੇ ਭਰਤੀ ਹੋਇਆ ਸਾਂ ਤੇ ਬੜੀ ਪ੍ਰਕਾਰ ਦੇ ਵੀ ਡਰ ਹੁੰਦਾ ਹੁਣੇ ਡਰ ਲੱਥੇ ਆ ਵੈਸੇ ਹੁਣ ਆਜ਼ਾਦ ਆ ਨਾ ਇਹ ਕੋ ਕਹਿ ਵੀ ਦਿੰਦਾ ਵੀ ਨਾ ਇਹਦੀਆਂ ਵਿਚਾਰਾਂ ਤਿੱਖੀਆਂ ਨੇ ਆਪਾਂ ਨਹੀਂ ਬੁਲਾਉਣਾ ਤੇ ਕੋਈ ਫਰਕ ਜ ਨਹੀਂ ਪੈਂਦਾ ਮੈਂ ਕਹਿੰਦਾ ਉਹਨਾਂ ਵੀ ਪਾਣੀ ਚੱਲਦਾ ਹੀ ਚੰਗਾ ਲੱਗਦਾ ਬੋਲੋ ਬਈ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਧਿਆਨ ਦੇ ਕੇ ਸੁਣਿਆ ਜੀ ਉਹਨਾਂ ਨੇ ਫੇਰ ਅਗਲੇ ਦਿਨ ਮੈਨੂੰ ਫੇਰ ਅਗਲੇ ਦਿਨ ਮੈਂ ਕਈ ਦਿਨ ਬਚਦਾ ਰਿਹਾ ਇੰਜ ਮੰਨ ਕੇ ਚੱਲੋ ਵੀ ਕਈ ਮਹੀਨੇ ਮੈਂ ਇੰਜ ਹੀ ਕੱਢ ਦਿੱਤੇ ਜਦੋਂ ਰੋਜ਼ ਪੁੱਛਿਆ ਕਰਨ ਤੇ ਮੇਰੇ ਮਨ 'ਚ ਇੱਕ ਦਿਨ ਖਿਆਲ ਆਇਆ ਮੈਂ ਕਿਹਾ ਮਨਾ ਵੀ ਅੱਜ ਮੈਂਟਲੀ ਪ੍ਰਿਪੇਅਰ ਹੋ ਅੱਜ ਬਾਪੂ ਜੀ ਦੀ ਅਰਦਾਸ ਕਰਨੀ ਹੈ ਆਪਾਂ ਸ਼ਾਮ ਦੀ ਕਥਾ ਸੀ ਉਥੇ ਕਥਾ ਦਾ ਜਿਹੜਾ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਸਮਾਖ ਹੁੰਦਾ ਨਾ ਤੁਸੀਂ ਵੇਖਿਓ ਹੋਵੇਗਾ ਬੜਾ ਟਾਈਮ ਸਿਰ ਹੁੰਦਾ ਕਥਾ ਦਾ ਸਮਾ ਗੁਰਪ੍ਰਤਾਪ ਸੂਰਜ ਗ੍ਰੰਥੀ ਕਥਾ ਹੁੰਦੀ ਏ ਤੇ ਉਸ ਤੋਂ ਬਾਅਦ ਕੀਰਤਨ ਹੁੰਦਾ ਕਥਾ ਪਹਿਲਾਂ ਹੁੰਦੀ ਏ ਉਥੇ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹੁਣ ਜਦੋਂ ਮੈਂ ਕੀਤੀ ਕਥਾ ਮੇਰੇ ਖਿਆਲ ਦੇ ਵਿੱਚ ਪੌਣੇ 4 ਤੋਂ ਪੌਣੇ 5 ਦਾ ਟਾਈਮ ਸੀ ਜਦੋਂ ਮੈਂ ਕਥਾ ਕੀਤੀ ਸ਼ਾਇਦ ਪੌਣੇ 5 ਤੋਂ ਪੌਣੇ 6 ਦਾ ਹੋਵੇਗਾ ਮੈਂ ਕਥਾ ਕੀਤੀ ਮੈਂਟਲੀ ਪ੍ਰਪੇਅਰ ਸਾਂ ਵੀ ਬਾਪੂ ਜੀ ਨੇ ਕਿਹਾ ਕਈ ਮਹੀਨੇ ਹੋ ਗਏ ਕਹਿੰਦਿਆਂ ਨੂੰ ਵੀਰ ਅਰਦਾਸ ਕਰ ਬੜੀ ਦੁਨੀਆ ਵੇਖ ਲਈਏ ਚੱਲਦੇ ਫਿਰਦੇ ਨੂੰ ਰੱਬ ਚੁੱਕ ਕੇ ਲੈ ਜਾਏ ਅੱਜ ਨਦਰਾਂ ਲੱਭ ਰਹੀਆਂ ਸੀ ਵੀ ਅਰਦਾ ਕਥਾ ਤੋਂ ਬਾਅਦ ਬਾਪੂ ਜੀ ਨੇ ਫਿਰ ਪੁੱਛਣਾ ਤੇ ਮੈਂ ਬਾਪੂ ਜੀ ਨੂੰ ਕਹਿਣਾ ਵੀ ਚਲੋ ਬਾਪੂ ਜੀ ਅਰਦਾਸ ਕਰੀਏ ਕਥਾ ਦੀ ਕੋਈ ਸਮਾਪਤੀ ਉਹਨਾਂ ਨੇ ਆਪਣੀ ਰੁਟੀਨ ਦੇ ਮੁਤਾਬਕ ਫਿਰ ਮੇਰੇ ਨੇੜੇ ਹੋ ਕੇ ਕਿਹਾ ਕਹਿੰਦੇ ਪੁੱਤਰ ਦੀ ਕਈ ਚਿਰ ਹੋ ਗਿਆ ਤੁਹਾਨੂੰ ਬੇਨਤੀਆਂ ਕਰਦਿਆਂ ਨੂੰ ਵੀ ਅਰਦਾਸ ਕਰੋ ਰੱਬ ਹੁਣ ਮੈਨੂੰ ਚੱਲਦੇ ਫਿਰਦੇ ਨੂੰ ਚੁੱਕ ਕੇ ਲੈ ਜਾਏ ਮੈਂ ਕਿਹਾ ਬਾਪੂ ਜੀ ਅੱਜ ਮੈਂ ਅਰਦਾਸ ਕਰਨੀ ਹੈ ਕਹਿੰਦੇ ਠੀਕ ਹੈ ਹਜ਼ੂਰੀਆ ਗੱਲ ਚ ਪਾਇਆ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਮੈਂ ਹੱਥ ਜੋੜ ਕੇ ਜਦੋਂ ਲੱਗਾ ਅਰਦਾਸ ਕਰਨ ਮੈਨੂੰ ਹੌਲੀ ਜੇ ਪੁੱਛਦੇ ਕਹਿੰਦੇ ਅਰਦਾਸ ਕੀ ਕਰੇਂਗਾ ਮੈਂ ਕਿਹਾ ਮੈਂ ਤੇ ਉਹੀ ਕਰਾਂਗਾ ਵੀ ਤੁਹਾਨੂੰ ਰੱਬ ਚੁੱਕ ਕੇ ਲੈ ਜੇ ਕਿਉਂਕਿ ਤੁਸੀਂ ਮੈਨੂੰ ਰੋਜ਼ ਕਹਿੰਦੇ ਹੋ ਤੇ ਮੈਂ ਤੇ ਅੱਜ ਉਹੀ ਅਰਦਾਸ ਕਰਾਂਗਾ ਨਾ ਵੀ ਤੁਹਾਨੂੰ ਰੱਬ ਚੁੱਕ ਕੇ ਲੈ ਜੇ ਕਹਿੰਦੇ ਨਹੀਂ ਪੁੱਤਰ ਅਰਦਾਸ ਕਰੋ ਵੀ ਬੁਢੇਪੇ ਦੇ ਵਿੱਚ ਗਿੱਟੇ-ਗੋਡੇ ਚੱਲਦੇ ਰਹਿਣ ਤੇ ਮੈਂ ਕਿਹਾ ਬਾਪੂ ਜੀ ਆਹ ਅਰਦਾਸ ਤੇ ਮੈਂ ਕਈ ਮਹੀਨੇ ਪਹਿਲੇ ਕਰ ਦੇਣੀ ਸੀ ਮੈਂ ਤਾਂ ਡਰਦਾ ਤਾਂ ਪਿਆਸ ਆ ਵੀ ਜੇ ਕਿਤੇ ਅਰਦਾਸ ਮੈਂ ਤੁਹਾਡੀ ਇਹ ਕਰਤੀ ਵੀ ਜਿਹੜੀ ਤੁਸੀਂ ਕਹਿੰਦੇ ਹੋ ਤੇ ਜੇ ਤੁਹਾਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਮੈਂ ਹੋਵਾਂਗਾ ਤੇ ਆਹ ਜਿਹੜੀ ਤੁਸੀਂ ਗਿੱਟੇ-ਗੋਡੇ ਚੱਲਦਿਆਂ ਦੀ ਅਰਦਾਸ ਏ ਤੇ ਮੈਂ ਕਈ ਮਹੀਨੇ ਪਹਿਲਾਂ ਕਰ ਦੇਣੀ ਸੀ ਮੈਂ ਤੇ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਹੁੰਦੇ ਆ ਮੈਨੂੰ ਇੰਨਾ ਵਕਤ ਲੱਗਾ ਬਾਪੂ ਜੀ ਕਹਿੰਦੇ ਨਹੀਂ ਅਰਦਾਸ ਇਹੀ ਕਰੋ ਵੀ ਹੁਣ ਜਿਹੜੇ ਅਧੂਰੇ ਕੰਮ ਨੇ ਨਾ ਜਾਂਦੇ-ਜਾਂਦੇ ਪੂਰੇ ਕਰ ਦਈਏ ਸੱਚ ਦੇ ਇਹ ਦੁਨੀਆ ਤੋਂ ਨਿਰਮੋਹ ਹੋਣਾ ਵੀ ਬੜੀ ਵੱਡੀ ਗੱਲ ਹੈ ਨਹੀਂ ਹੋਇਆ ਜਾਂਦਾ ਸਾਨੂੰ ਇੰਜ ਲੱਗਦਾ ਵੀ ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਨੇ ਹਕੀਕਤ ਇਹ ਹੈ ਸਾਨੂੰ ਇੰਜ ਲੱਗਣ ਲੱਗ ਪੈਂਦਾ ਵੀ ਮੈਂ ਹੀ ਨਿਭਾ ਕੇ ਜਾਣੀਆਂ ਨੇ ਕਈ ਵਾਰੀ ਇੰਜ ਲੱਗਦਾ ਵੀ ਜੇ ਮੈਂ ਚਲਾ ਗਿਆ ਸ਼ਾਇਦ ਬੱਚੇ ਮੇਰੇ ਇਸ ਕਾਰੋਬਾਰ ਨੂੰ ਨਹੀਂ ਸੰਭਾਲਣਗੇ ਸਾਨੂੰ ਭੁਲੇਖਾ ਹੈ ਐਸਾ ਵੀ ਹੋ ਸਕਦਾ ਹੈ ਵੀ ਉਹਨੂੰ ਬਹੁਤ ਅੱਗੇ ਤੱਕ ਲੈ ਕੇ ਚਲੇ ਜਾਣ ਸਾਨੂੰ ਭੁਲੇਖਾ ਹੈ ਸਾਨੂੰ ਭੁਲੇਖਾ ਹੈ ਵੀ ਜੇ ਕਿਤੇ ਮੈਂ ਦੁਨੀਆ ਤੋਂ ਚਲਾ ਗਿਆ ਕਿਤੇ ਮੇਰੇ ਬੱਚੇ ਕਿਤੇ ਖਾਤਾ ਨਾ ਖਾ ਜਾਣ ਨਹੀਂ ਇੱਕ ਚੀਜ਼ ਮੰਨ ਕੇ ਚੱਲਿਆ ਜੇ ਮੇਰੀ ਹੱਥ ਜੋੜ ਕੇ ਸੰਗਤ ਜੀ ਬੇਨਤੀ ਏ ਜਿਨੇ ਪੈਦਾ ਕੀਤਾ ਨਾ ਜਿਹੜਾ ਐਡਾ ਵੱਡਾ ਮੈਨੇਜ ਕਰਦਾ ਪਿਆ ਦੁਨੀਆ ਨੂੰ ਉਹਦਾ ਆਪਣਾ ਟੰਗ ਹੈ ਇਹ ਗੱਲ ਮੰਨ ਕੇ ਚੱਲਿਆ ਜੇ ਸਾਥੋਂ ਪਰਿਵਾਰ ਨਹੀਂ ਮੈਨੇਜ ਹੁੰਦਾ ਜਿਹੜਾ ਐਡੇ ਵੱਡੇ ਸੰਸਾਰ ਨੂੰ ਮੈਨੇਜ ਕਰਦਾ ਪਿਆ ਨਾ ਉਹ ਕੋ ਕਟ ਬੁੱਧੀਮਾਨ ਨਹੀਂ ਹੈ ਉਹ ਬੜਾ ਬੇਅੰਤ ਹੈ